ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ YouTube ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਅਲੱਗ-ਅਲੱਗ ਸਕਾਲਰਸ਼ਿਪ ਸਕੀਮਾਂ ਦੇਖਦੇ ਹੋ ਤੇ ਉਹਦਾ ਫਾਇਦਾ ਲੈਂਦੇ ਹੋ ਅੱਜ ਮੈਂ ਤੁਹਾਡੇ ਨਾਲ ਇੱਕ ਦਾਖਲੇ ਦੀ ਲਈ ਜਿਹੜੀ ਆ ਉਹ ਵੀਡੀਓ ਤੁਹਾਡੇ ਨਾਲ ਬਣਾ ਰਿਹਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਆਪਾਂ ਐਡਮਿਸ਼ਨ ਕਿਸ ਤਰ੍ਹਾਂ ਲੈ ਸਕਦੇ ਆ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਜੇ ਤੁਸੀਂ ਇਸ YouTube ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਤਾਂ ਕਿ ਤੁਹਾਨੂੰ ਜਿਹੜੀਆਂ ਆਉਣ ਵਾਲੀਆਂ ਸਕਾਲਰਸ਼ਿਪ ਤੇ ਦਾਖਲੇ ਸੰਬੰਧੀ ਜਿਹੜੀ ਜਾਣਕਾਰੀ ਹੋ ਤੁਹਾਨੂੰ ਸਭ ਤੋਂ ਪਹਿਲਾਂ ਉਹਦੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਸੋ ਗੱਲਬਾਤ ਕਰੀਏ ਇਹ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ 1955 ਦੇ ਵਿੱਚ ਹੋਂਦ ਵਿੱਚ ਆਇਆ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਾਲਜ ਜਿਹੜਾ ਚਲਾਇਆ ਜਾ ਰਿਹਾ ਸੋ ਇਸ ਕਾਲਜ ਦੇ ਵਿੱਚ ਇੱਕ ਖੂਬਸੂਰਤੀ ਹੈ ਕਿ 50% ਸੀਟਸ ਜਿਹਨੀਆਂ ਉਹ ਸਿੱਖ ਬੱਚਿਆਂ ਦੀਆਂ ਭਰੀਆਂ ਜਾਂਦੀਆਂ ਨੇ ਤੇ 70% ਸੀਟਸ ਜਿਹਨੀਆਂ ਉਹ ਪਿੰਡੂ ਖੇਤਰ ਦੇ ਵਿਦਿਆਰਥੀਆਂ ਦੇ ਲਈ ਜਿਹੜੀਆਂ ਭਰੀਆਂ ਜਾਂਦੀਆਂ ਨੇ ਸੋ ਹੁਣ ਪਿੰਡੂ ਖੇਤਰ ਦੇ ਵਿਦਿਆਰਥੀ ਜਿਹੜੇ ਰੂਰਲ ਏਰੀਆ ਦੇ ਵਿੱਚ ਰਹਿ ਰਹੇ ਨੇ ਵਿਦਿਆਰਥੀ ਇਹਨਾਂ ਦੇ ਲਈ ਕਾਉਂਸਲਿੰਗ ਸਟਾਰਟ ਹੋਣ ਜਾ ਰਹੀ ਹੈ ਜਿਹੜੇ ਬੱਚਿਆਂ ਨੇ ਪਲੱਸ 2 ਨੋਰਮੈਡੀਕਲ ਦੇ ਨਾਲ ਕੀਤੀ ਹੈ ਤੇ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਨ ਜੇ ਉਹ ਤੁਹਾਡੇ ਮਤਲਬ ਦੀ ਵੀਡੀਓ ਨਹੀਂ ਹੈ ਤਾਂ ਤੁਸੀਂ ਉਹਨਾਂ ਬੱਚਿਆਂ ਤੱਕ ਇਹ ਜਰੂਰ ਵੀਡੀਓ ਪਹੁੰਚਾਉਣੀ ਤਾਂ ਕਿ ਉਹ ਬੱਚੇ ਇਸ ਦਾ ਲਾਹਾ ਲੈ ਸਕਣ ਕਿਉਂਕਿ 70% ਸੀਟਸ ਨੇ ਜਿਹੜੀਆਂ ਇੱਥੇ ਉਹ ਪਿੰਡੂ ਬੱਚਿਆਂ ਲਈ ਜਿਹੜੀ ਆ ਉਹ ਉਪਰ ਹੀ ਜਣੀਆਂ ਨੇ ਸੋ ਇਹਦੀ ਕੰਡੀਸ਼ਨ ਕੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਪਹਿਲਾਂ ਮੈਂ ਡੇਟਸ ਬਾਰੇ ਦੱਸ ਦਿਆਂ ਕਿ ਇਹਦੀ ਐਡਮਿਸ਼ਨ ਪ੍ਰੋਸੈਸ ਜਿਹੜਾ ਸਟਾਰਟ ਹੋ ਚੁੱਕਿਆ ਆ ਆਨਲਾਈਨ ਐਡਮਿਸ਼ਨ ਜਿਹੜਾ ਫਾਰਮ ਫਿਲਿੰਗ ਸਟਾਰਟ ਹੋ ਚੁੱਕੀ ਆ 23 ਜੂਨ 2022 ਤੋਂ ਲੈ ਕੇ 18 ਜੁਲਾਈ 5 ਵਜੇ ਤੱਕ ਜਿਹੜਾ ਇਹ ਤੁਸੀਂ ਫਾਰਮ ਭਰ ਸਕਦੇ ਹੋ ਐਡਮਿਸ਼ਨ ਦਾ ਲਿੰਕ ਜਿਹੜਾ ਤੁਹਾਡੇ ਇਸ ਸਕਰੀਨ ਦੇ ਉੱਪਰ ਨਾਲ ਦਿਖਾਈ ਦੇ ਰਿਹਾ ਇਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਐਡਮਿਸ਼ਨ ਫਾਰਮ ਆਨਲਾਈਨ ਅਪਲਾਈ ਕਰਨਾ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਸ ਤੁਸੀਂ ਇਹ ਜਿਹੜਾ ਪ੍ਰਿੰਟ ਆਊਟ ਲੈ ਕੇ ਕਾਲਜ ਦੇ ਵਿੱਚ ਜਮ੍ਹਾਂ ਕਰਵਾਉਣਾ ਤੇ ਨਾਲ ਹੀ ਤੁਸੀਂ ਆਪਣੇ origignal documents ਜਿਹੜੇ ਉਹ ਲੈ ਕੇ ਆਉਣੇ ਆ ਇਹਦੀ ਡੇਟਸ ਹੈਗੀ 5 ਜੁਲਾਈ ਤੋਂ ਲੈ ਕੇ 19 ਜੁਲਾਈ 2022 ਤੱਕ ਤੁਸੀਂ ਇਹ ਜਿਹੜਾ ਇਹਦਾ ਹਾਰਡ ਕਾਪੀ ਜਿਹੜੀ ਆ ਉਹ ਜਮ੍ਹਾਂ ਕਰਾਉਣੀ ਹੈ ਤੇ ਵੈਰੀਫਿਕੇਸ਼ਨ ਜਿਹੜੀ ਆ origignal documents ਜਿਹੜੀ ਕਾਲਜ ਦੇ ਵਿੱਚ ਕਰਾਉਣੀ ਹੈ ਕੀ ਆ 5 ਤਰੀਕ ਤੋਂ ਲੈ ਕੇ 19 ਜੁਲਾਈ ਤੱਕ ਟੈਂਟੇਟਿਵ ਡੇਟ ਜਿਹੜੀ ਕਾਉਂਸਲਿੰਗ ਦੀ ਹੈਗੀ ਆ ਆਫਲਾਈਨ ਕਾਉਂਸਲਿੰਗ ਹੋਗੀ ਜਿਹੜੀ Uh, 21 ਜੁਲਾਈ 2022 ਜਿਹੜੀ ਆ ਉਹ ਟੈਂਟੇਟਿਵ ਡੇਟ ਹੈਗੀ ਹੈ ਇਹਦੇ ਵਿੱਚ ਉਸ ਦਿਨ ਆਫਲਾਈਨ ਕਾਉਂਸਲਿੰਗ ਹੋਗੀ ਬੱਚੇ ਨੂੰ ਆਪਣੇ origignal ਡਾਕੂਮੈਂਟ ਲੈ ਕੇ ਆਉਣੇ ਪੈਣਗੇ ਸੋ ਆਪਾਂ ਗੱਲ ਕਰੀਏ ਕਿ ਕਿਹੜੇ ਬੱਚੇ ਐਲੀਜੀਬਲ ਨੇ ਜਿਹੜੇ ਬੱਚਿਆਂ ਨੇ ਆਪਣੀ ਪੜ੍ਹਾਈ ਮਿਨੀਮਮ 5 ਸਾਲ ਜਿਹੜੀ ਆ ਉਹ ਪਿੰਡ ਦੇ ਸਕੂਲ ਦੇ ਵਿੱਚੋਂ ਕੀਤੀ ਹੈ ਸੋ ਫਾਰਮੈਟ ਵੀ ਤੁਹਾਨੂੰ ਨਾਲ ਦੀ ਨਾਲ ਇੱਥੇ ਵੀਡੀਓ ਦੇ ਵਿੱਚ ਦਿਖ ਜਾਏਗਾ ਉਹੀ ਫਾਰਮ ਜਿਹੜਾ ਤੁਸੀਂ ਲੈ ਕੇ ਸਕੂਲ ਦੇ ਵਿੱਚ ਜਾਣਾ ਸਕੂਲ ਦੇ ਟੀਚਰਸ ਤੋਂ ਜਿਹੜਾ ਤੁਸੀਂ ਪ੍ਰਾਪਾ ਲੈਣਾ ਤੇ ਉੱਥੇ ਹੈਡਮਾਸਟਰ ਜਾਂ ਪ੍ਰਿੰਸੀਪਲ ਜਿਹੜਾ ਉਹ ਆਪਣੇ ਸਟੈਂਪ ਲਾ ਦੇਗਾ ਸੋ so ਮਿਨਿਮਮ 5 ਸਾਲ ਦੀ ਜਿਹੜੀ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਆ ਤੇ ਇਹ ਇਹ ਪਹਿਲਾ ਸਪੈਸ਼ਲ ਡਾਕੂਮੈਂਟ ਹੈਗਾ ਫਿਰ ਦੂਸਰਾ ਜਿਹੜਾ ਸਪੈਸ਼ਲ ਡਾਕੂਮੈਂਟ ਹੈਗਾ ਉਹ ਰੂਰਲ ਏਰੀਆ ਦਾ ਜਿਹੜੇ ਪਿੰਡੂ ਖੇਤ ਦਾ ਸਰਟੀਫਿਕੇਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸੇਵਾ ਕੇਂਦਰ ਦੇ ਵਿੱਚੋਂ ਜਿਹੜਾ ਅਪਲਾਈ ਹੋਏਗਾ ਤਹਿਸੀਲਦਾਰ ਤੋਂ ਸਾਈਨ ਹੋ ਕੇ ਜਿਹੜਾ ਉਹ ਬਣ ਕੇ ਆਉਂਦਾ ਸੋ ਜਿਹੜੇ ਬੱਚਿਆਂ ਨੇ ਅਪਲਾਈ ਨਹੀਂ ਕੀਤਾ ਇਹ ਦੋ ਡਾਕੂਮੈਂਟ ਜਿਹੜੇ ਆ ਬਹੁਤ ਹੀ ਜ਼ਰੂਰੀ ਨੇ ਜੇ ਤੁਸੀਂ ਪਿੰਡੂ ਖੇਤਰ ਦੇ ਇਸ ਰਿਜ਼ਰਵੇਸ਼ਨ ਦੇ ਲਈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲੂਦਰਾਣਾ ਦੇ ਵਿੱਚ ਐਡਮਿਸ਼ਨ ਜੇ ਲੈਣੀ ਹੈ ਸੋ ਇਹਦੇ ਵਿੱਚ ਜਿਹੜੇ ਸਿੱਖ ਅਤੇ ਨਾਨ ਸਿੱਖ ਬੱਚੇ ਜਿਹੜੇ ਰੂਰਲ ਏਰੀਆ ਤੋਂ ਹੈਗੇ ਆ ਉਹ ਐਸ ਪਰ ਮੈਰਿਟ ਆਫ ਪਲੱਸ 2 ਇਹ ਬਹੁਤ ਜ਼ਰੂਰੀ ਜਾਣਕਾਰੀ ਹੈ ਕਿ ਉਸ ਗਵਰਨਮੈਂਟ ਦੇ ਵੱਲੋਂ ਹੁਣ ਇਨਸਟਰਕਸ਼ਨ ਦਿੱਤੀਆਂ ਗਈਆਂ ਕਿ ਇੰਜੀਨੀਅਰਿੰਗ ਦੀ ਜਿਹੜੀ ਹੁਣ ਉਹ ਹੈਗੀ ਪੜਾਈ ਉਹ ਤੁਸੀਂ ਇਸ ਵੇਲੇ ਪਲੱਸ 2 ਜਿਹੜੇ ਬੱਚਿਆਂ ਨੇ ਕੀਤੀ ਹੈ ਪੀਸੀਐਮ ਦੇ ਨਾਲ ਫਿਜ਼ਿਕਸ ਕੈਮਿਸਟਰੀ ਮੈਥ ਦੇ ਨਾਲ ਉਹ ਹੁਣ ਜਿਹੜੀ ਆ ਉਹ ਕਾਉਂਸਲਿੰਗ ਲਈ ਜਿਹੜੇ ਆ ਉਹ ਅਟੈਂਡ ਕਰ ਸਕਦੇ ਆ ਤੇ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਉਹ ਲੈ ਸਕਦੇ ਨੇ ਜੋ ਜਿਹੜੀ ਮੈਰਿਟ ਬਣੇਗੀ ਉਹ ਪਲੱਸ 2 ਦੇ ਜਿਹੜੇ ਮਾਰਕਸ ਹੋਣਗੇ ਕਿਉਂਕਿ ਹਜੇ ਰਿਜ਼ਲਟ ਵੀ ਆਉਣਾ ਹੈਗਾ ਪਲੱਸ 2 ਦਾ ਤੇ ਰਿਜ਼ਲਟ ਤੋਂ ਬਾਅਦ ਹੀ ਉਹ ਮੈਰਿਟ ਬਣੇਗੀ ਤਾਂ ਉਹ ਮੈਰਿਟ ਤੇ ਦੀ ਜਿਹੜੀ ਆ ਤੁਹਾਡੀ ਜਿਹੜੀ ਐਡਮਿਸ਼ਨ ਹੋਏਗੀ ਸੋ ਇੱਕ ਹੋਰ ਮੈਂ ਇੱਥੇ ਗੱਲ ਕਰ ਦਿਆਂ ਕਿ ਪੋਸਟ میٹرਿਕ ਸਕਾਲਰਸ਼ਿਪ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਐਸਸੀ ਬੱਚਿਆਂ ਨੂੰ ਜਿਹੜੀ ਉਹ ਦਿੱਤੀ ਜਾਂਦੀ ਹੈ ਉਹ ਵੀ ਇਸ ਕਾਉਂਸਲਿੰਗ ਦੇ ਵਿੱਚ ਅਵੇਲੇਬਲ ਹੋਏਗੀ ਉਹਨਾਂ ਬੱਚਿਆਂ ਲਈ ਜਿਹੜੇ ਰਿਜ਼ਰਵੇਸ਼ਨ ਐਸਸੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਸੋ ਜੇ ਤੁਸੀਂ ਕਿਸੇ ਵੀ ਜਾਣਕਾਰੀ ਲਈ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਕਾਲਜ ਦੀ ਵੈਬਸਾਈਟ ਹੈ www.gndc.ac.in ਇੱਥੇ ਜਾ ਕੇ ਤੁਸੀਂ ਜਿਹੜੀ ਹਰ ਤਰ੍ਹਾਂ ਦੀ ਜਾਣਕਾਰੀ ਕਾਉਂਸਲਿੰਗ ਦੇ ਬਾਰੇ ਲੈ ਸਕਦੇ ਹੋ ਤੇ ਆਪਣਾ ਇਸ ਐਡਮਿਸ਼ਨ ਪ੍ਰੋਸੈਸ ਲਈ ਜਿਹੜੀ ਆ ਇਨਫੋਰਮੇਸ਼ਨ ਲੈ ਕੇ ਆਨਲਾਈਨ ਜਿਹੜਾ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਵੈਬਸਾਈਟ ਓਪਨ ਕਰੋਗੇ ਉਸ ਤੋਂ ਬਾਅਦ ਤੁਸੀਂ ਐਡਮਿਸ਼ਨਸ ਦੇ ਵਿੱਚ ਜਾਣਾ 2022-23 ਦੇ ਵਿੱਚ ਤੇ ਪਹਿਲੇ ਨੰਬਰ ਤੇ ਐਡਵਰਟਾਈਜ਼ਮੈਂਟ ਆਏਗੀ ਦੂਸਰੇ ਨੰਬਰ 'ਚ ਤੁਹਾਨੂੰ ਇਹ ਪੀਡੀਐਫ ਦੇਖਣ ਨੂੰ ਮਿਲੇਗੀ ਜਿਦੇ ਵਿੱਚ ਰਿਸਿਪਿਬਿਲਟੀ ਕਰਿਟੇਰੀਆ ਲਿਖਿਆ ਆ ਸੋ ਇਹਦੇ ਵਿੱਚ ਮੈਂ ਮੋਟਾ-ਮੋਟਾ ਦੱਸ ਦਿਆਂ ਕਿ ਮੇਜਰ ਡਿਸਪੀਸਪਲਿਨਸ ਜਿਹੜੇ ਲਿਖੇ ਹੋਏ ਨੇ ਤੇ ਮੰਡੇਟਰੀ ਕੋਰਸੇਸ ਨੇ ਪਲੱਸ 2 ਲੈਵਲ ਤੇ ਕਿਹੜੇ-ਕਿਹੜੇ ਪੜੇ ਹੋਣੇ ਚਾਹੀਦੇ ਆ ਉਹ ਤੁਹਾਡੇ ਇਸ ਸੈਕੰਡ ਕਾਲਮ ਦੇ ਵਿੱਚ ਉਹ ਲਿਖੇ ਹੋਏ ਨੇ ਤੁਸੀਂ ਇਹ ਚੰਗੀ ਤਰ੍ਹਾਂ ਇਸ ਨੂੰ ਪੜ ਲੈਣਾ ਸੋ ਪਲੱਸ 2 ਬੇਸ ਦੇ ਉੱਪਰ ਹੀ ਇਹ ਜਿਹੜੀ ਕਾਉਂਸਲਿੰਗ ਜਿਹੜੀ ਹੋ ਰਹੀ ਹੈ ਸੋ ਅੱਗੇ ਮੈਂ ਗੱਲ ਕਰਾਂ ਤਾਂ ਇਹ ਰੈਜ਼ੀਡੈਂਸ ਸਰਟੀਫਿਕੇਟ ਹੈ ਇਹ ਤੇ ਦੂਸਰਾ ਹੈਗਾ ਰੂਰਲ ਏਰੀਆ ਸਰਟੀਫਿਕੇਟ ਤੇ ਰੂਰਲ ਐਜੂਕੇਸ਼ਨ ਦਾ ਸੋ ਜਿਹੜੇ ਬੱਚਿਆਂ ਨੇ ਮਿਨੀਮਮ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਕਿ 5 ਸਾਲ ਜਿਹੜੇ ਆ ਤੁਸੀਂ ਉਹ ਪਿੰਡ ਦੇ ਸਕੂਲ ਦੇ ਵਿੱਚੋਂ ਪੜੇ ਹੋਣੇ ਚਾਹੀਦੇ ਹੋ ਤੇ ਪਿੰਡ ਦੇ ਵਿੱਚ ਹੀ ਤੁਸੀਂ ਰਹਿੰਦੇ ਹੋਣੇ ਚਾਹੀਦੇ ਹੋ ਤਾਂ ਹੀ ਤੁਹਾਨੂੰ ਇਹ 70% ਕੋਟਾ ਤੁਹਾਡੇ ਤੇ ਲਾਗੂ ਹੋਏਗਾ ਸੋ ਇਸ ਵਰਡਿੰਗ ਇਸ ਫਾਰਮੈਟ ਨੂੰ ਤੁਸੀਂ ਕਿਸੇ A4 ਸਾਈਜ਼ ਦੇ ਉੱਪਰ ਟਾਈਪ ਕਰਾ ਸਕਦੇ ਹੋ ਤੇ ਸਕੂਲ ਦੇ ਵਿੱਚੋਂ ਜਿਹੜਾ ਤੁਸੀਂ ਉਹ ਇਤੋਂ ਸਾਈਨ ਜਿਹੜੇ ਆ ਉਹ ਕਰਵਾਉਣੇ ਹੈਗੇ ਨੇ ਸੋ ਇਹ ਰੂਰਲ এডਿਕੇਸ਼ਨ ਦਾ ਜਿਹੜਾ ਫਾਰਮ ਪਰਫਾਰਮਾ ਹੈਗਾ ਤੁਸੀਂ ਇਸ ਨੂੰ ਟਾਈਪ ਕਰਵਾ ਲੈਣਾ ਤੇ ਨਾਲ ਦੀ ਨਾਲ ਹੀ ਇੱਕ ਪਰਫਾਰਮਾ ਤੁਹਾਨੂੰ ਅੱਗੇ ਦਿਖ ਰਿਹਾ ਜਿਹੜਾ ਰੂਰਲ ਏਰੀਆ ਸਰਟੀਫਿਕੇਟ ਆ ਜੋ ਕਿ ਤਹਿਸੀਲਦਾਰ ਜਾਂ ਐਸ ਡੀ ਐਮ ਤੋਂ ਜਿਹੜਾ ਉਹ ਬਣੇਗਾ ਸੋ ਜੇ ਅਸੀਂ ਗੱਲ ਕਰੀਏ ਚੈੱਕ ਲਿਸਟ ਦੀ ਤਾਂ ਇਹਦੇ ਵਿੱਚ ਕੁਝ ਸਰਟੀਫਿਕੇਟਸ ਨੇ ਜਿਹੜੇ ਕਿ ਤੁਹਾਨੂੰ ਇਦੇ ਨਾਲ ਲਾਉਣੇ ਪੈਣਗੇ ਜਦੋਂ ਤੁਸੀਂ ਇਸ ਫਾਰਮ ਆਨਲਾਈਨ ਫਾਰਮ ਨੂੰ ਭਰਨ ਤੋਂ ਬਾਅਦ ਜਦੋਂ ਉਹਨਾਂ ਤੁਸੀਂ ਪ੍ਰਿੰਟ ਆਊਟ ਕੱਢ ਲਓਗੇ ਤੁਹਾਨੂੰ ਉਹ ਕਾਲਜ ਦੇ ਵਿੱਚ ਜਮ੍ਹਾਂ ਕਰਵਾਉਣਾ ਪਏਗਾ ਸੋ ਇਹ ਕੁਝ ਡਾਕੂਮੈਂਟਸ ਨੇ 10ਵੀਂ 12ਵੀਂ ਮਾਈਗ੍ਰੇਸ਼ਨ ਜਾਂ ਕੈਟਾਗਰੀ ਆਧਾਰ ਕਾਰਡ ਰੈਜ਼ੀਡੈਂਸ ਪ੍ਰੂਫ ਕੈਰੈਕਟਰ ਸਰਟੀਫਿਕੇਟ ਜੇ ਗੈਪ ਸਰਟੀਫਿਕੇਟ ਤਾਂ ਗੈਪ ਤੁਸੀਂ ਲਾਉਣਾ ਨਾਲ ਸੋ ਇਹਦੇ ਵਿੱਚ ਮੇਜਰ ਜਿਹੜਾ ਹੈਗਾ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਬੱਚੇ ਰੂਰਲ ਦੇ ਇਸ ਕੋਟੇ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਲਈ ਇਹ ਦੋ ਜਿਹੜੇ ਆ ਸਰਟੀਫਿਕੇਟ ਬਹੁਤ ਹੀ ਅਤਿ ਜ਼ਰੂਰੀ ਨੇ ਰੂਰਲ ਏਰੀਆ ਸਰਟੀਫਿਕੇਟ ਤੇ ਰੂਰਲ ਐਜੂਕੇਸ਼ਨ ਦਾ ਉਹ ਤੁਸੀਂ ਪਹਿਲਾਂ ਬਣਵਾ ਕੇ ਰੱਖਣੇ ਨੇ ਸੋ ਜਿਹੜੇ ਬੱਚੇ ਟਿਊਸ਼ਨ ਫੀ ਵੇਵਰ ਲਈ ਜਾਂ ਪੀ ਐਮ ਐਸ ਪੋਸਟ میٹرਿਕਸ ਜਿਹੜੇ ਸਕਾਲਰਸ਼ਿਪ ਦੇ ਲਈ ਐਸ ਸੀ ਬੱਚੇ ਜਿਹੜਾ ਐਲੀਜੀਬਲ ਹੋਣਾ ਚਾਹੁੰਦੇ ਆ ਉਹਨਾਂ ਲਈ ਵੀ ਕੁਝ ਇਨਸਟਰਕਸ਼ਨਸ ਹੈਗੀਆਂ ਕੁਝ ਡਾਕੂਮੈਂਟਸ ਹੈਗੇ ਨੇ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਆਈਟੀਆਰ ਤੁਹਾਡੀ 14ਵੇਂ ਨੰਬਰ ਤੇ ਲਿਖੀ ਆ ਕਿ ਆਈਟੀਆਰ ਤੁਹਾਡੀ ਅਸੈਸਮੈਂਟ ਈਅਰ 2022 ਤੇ ਜੋ ਜਿਹੜੀ ਉਹ ਪੀਰੈਂਟਸ ਦੀ ਭਰੀ ਹੋਣੀ ਚਾਹੀਦੀ ਆ ਸੋ ਕੁਝ ਇਹ ਡਾਕੂਮੈਂਟਸ ਹੈਗੇ ਨੇ ਜਿਹੜੇ ਕਿ ਜਿਸ ਨਾਲ ਤੁਸੀਂ ਆਪਣੇ ਜਿਹੜੇ ਸਪੈਸ਼ਲ ਜਿਹੜੀ ਆ ਉਹ ਟਿਊਸ਼ਨ ਫੀ ਵੀਵਰ ਜਾਂ ਫਿਰ ਐਸਸੀ ਦੇ ਵਿੱਚ ਐਡਮਿਸ਼ਨ ਜਿਹੜੀਆਂ ਉਹ ਲੈ ਸਕਦੇ ਹੋ ਜਿਹੜੇ ਬੱਚਿਆਂ ਨੇ ਐਸਆਰਈ ਐਗਜ਼ਾਮੀਨੇਸ਼ਨ ਦਿੱਤਾ ਸਿੱਖ ਰਿਲੀਜੀਅਨ ਐਗਜ਼ਾਮੀਨੇਸ਼ਨ ਦਾ ਰਿਜ਼ਲਟ ਕਾਰਡ ਜਿਹੜਾ ਉਹ ਚਾਹੀਦਾ ਜਿਨ੍ਹਾਂ ਬੱਚਿਆਂ ਨੇ ਸਿੱਖ ਕੋਟੇ ਦੇ ਵਿੱਚ ਐਡਮਿਸ਼ਨ ਲੈਣੀਆਂ ਸੋ ਅੱਗੇ ਇਹ ਕੁਝ ਸਪੈਸੀਮਨਸ ਦਿੱਤੇ ਸਰਟੀਫਿਕੇਟ ਦੇ ਜਿਸ ਤਰ੍ਹਾਂ ਇਹ ਗੱਲ ਕਰਾਂ ਤਾਂ ਜਿਹੜੇ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਆ ਤੇ 85% ਪੰਜਾਬ ਕੋਟੇ ਦੇ ਐਡਮਿਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪੇਰੈਂਟਸ ਦੀ 2.5 ਲੱਖ ਤੋਂ ਆਮਦਨ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ ਆ ਸੋ ਇਹਦੇ ਲਈ ਜਿਹੜੇ ਡਾਕੂਮੈਂਟਸ ਹੈਗੇ ਨੇ ਸਭ ਤੋਂ ਪਹਿਲਾਂ ਇਹ ਹੈ ਕਿ ਆਈਟੀਆਰ ਭਰੀ ਹੋਣੀ ਚਾਹੀਦੀ ਆ ਤੇ ਦੂਸਰਾ ਜਿਹੜਾ ਉਹ ਐਫੀਡੇਵਿਟ ਹੈਗਾ ਪੇਰੈਂਟਸ ਗਾਰਡੀਅਨ ਵੱਲੋਂ ਜਿਹੜਾ ਕਿ ਮੈਜਿਸਟ੍ਰੇਟ ਤੋਂ ਜਿਹੜਾ ਉਹ ਅਟੈਸਟਰ ਹੋਣਾ ਚਾਹੀਦਾ ਸੋ ਇਹ ਦੋ ਕਾਪੀਆਂ ਜਿਹੜੀਆਂ ਤੁਹਾਨੂੰ origignal form ਦੇ ਵਿੱਚ ਚਾਹੀਦੀਆਂ ਨੇ ਸੋ ਇੱਕ ਜਿਹੜਾ ਇਨਕਮ ਸਰਟੀਫਿਕੇਟ ਹੈਗਾ ਉਹ ਤੁਹਾਨੂੰ ਤੀਸਰਾ ਸਰਟੀਫਿਕੇਟ ਪਹਿਲਾ ਐਫੀਡੇਵਿਟ ਹੋ ਗਿਆ ਜੀ ਦੂਸਰਾ ਆਈਟੀਆਰ ਤੇ ਤੀਸਰਾ ਇਹ ਇਨਕਮ ਸਰਟੀਫਿਕੇਟ ਜਿਹੜਾ ਹੈਗਾ 2.5 ਲੱਖ ਤੋਂ ਘੱਟ ਦਾ ਜਿਹੜਾ ਕਿ ਤੁਹਾਨੂੰ ਸੇਵਾ ਕੇਂਦਰ ਦੇ ਵਿੱਚੋਂ ਬਣਾਉਣਾ ਪਏਗਾ ਤਹਿਸੀਲਦਾਰ ਤੋਂ ਜਿਹੜਾ ਉਹ ਬਣੇਗਾ ਇਸ ਤੋਂ ਸੋ ਇਹ ਤਿੰਨ ਡਾਕੂਮੈਂਟ ਬਹੁਤ ਹੀ ਜ਼ਰੂਰੀ ਨੇ ਜਿਹੜੇ ਬੱਚਿਆਂ ਨੇ ਐਸਸੀ ਕੋਟਾ ਦੇ ਵਿੱਚ ਐਡਮਿਸ਼ਨ ਲੈਣੀਆਂ ਤੇ ਉਹ ਸਰਕਾਰੀ ਪੀਐਮਐਸ ਜਿਹੜਾ ਉਹ ਸਕਾਲਰਸ਼ਿਪ ਦਾ ਜਿਹੜਾ ਉਹ ਲਾਹਾ ਲੈਣਾ ਚਾਹੁੰਦੇ ਨੇ ਸੋ ਇਹ ਹਲਫੀਆ ਬਿਆਨ ਦਾ ਇੱਕ ਪਰਫਾਰਮੈਂਸ ਹੈਗਾ ਤੁਸੀਂ ਇਸ ਨੂੰ ਐਸ ਇਟ ਇਜ਼ ਪੰਜਾਬੀ ਦੇ ਵਿੱਚ ਟਾਈਪ ਕਰਾ ਸਕਦੇ ਹੋ ਸੋ ਵਰਡਿੰਗ ਜਿਹੜੀ ਆ ਇਸ ਤਰ੍ਹਾਂ ਦੀ ਆ ਤੁਹਾਨੂੰ ਇਸ ਵਿੱਚੋਂ ਤੁਸੀਂ ਕਾਪੀ ਕਰ ਸਕਦੇ ਹੋ ਸੋ ਇਹ ਲਾਜ਼ਮੀ ਹੈਗਾ ਜਿਹੜੇ ਬੱਚਿਆਂ ਨੇ ਪੀਐਮ ਐਸ ਸਕਾਲਰਸ਼ਿਪ ਲਈ ਅਪਲਾਈ ਕਰਨਾ ਸੋ ਇਹ ਐਗਜ਼ੀਕਿਊਟਿਵ ਮੈਜਿਸਟ੍ਰੇਟ ਤੋਂ ਅਟੈਸਟਡ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਹੜੇ ਬੱਚੇ ਪਲੱਸ 2 ਨੋਰਮੈਡੀਕਲ ਕੀਤੀ ਆ ਤੇ ਬੀਟੈਕ ਫਰਸਟ ইয়ার ਦੇ ਵਿੱਚ ਦਾਖਲਾ ਰਹਿਣਾ ਚਾਹੁੰਦੇ ਆ ਤੇ ਕਿਰਪਾ ਕਰਕੇ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਇਸ ਵੈਬਸਾਈਟ ਨੂੰ ਜਰੂਰ ਵਿਜ਼ਿਟ ਕਰੋ ਤੇ ਹੋਰ ਬੱਚਿਆਂ ਨੂੰ ਵੀ ਜਿਹੜਾ ਉਹ ਇਸ ਵੀਡੀਓ ਨੂੰ ਫਾਰਵਰਡ ਕਰੋ ਤਾਂ ਕਿ ਹੋਰ ਬੱਚੇ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ